ਅਜੀਤ ਵੈਬ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਵਰਦਨ ਸਿੰਘ ਟੈਣਾ ਦੋਸਤੋ ਹਰ ਹਫਤੇ ਦੀ ਤਰ੍ਹਾਂ ਪ੍ਰੋਗਰਾਮ ਖਬਰਾਂ ਦੇ ਆਰ ਪਾਰ ਲੈ ਕੇ ਹਾਜ਼ਰ ਹਾਂ ਤੇ ਹਰ ਹਫਤੇ ਦੀ ਤਰ੍ਹਾਂ ਹੀ ਸਾਡੇ ਸਟੂਡੀਓ ਦੇ ਵਿੱਚ ਉਹਗੇ ਪੱਤਰਕਾਰ ਜਨਾਬ ਸਤਨਾਮ ਸਿੰਘ ਮਾਨਕੀ ਜੀ ਆਪਣੇ ਨੇ ਪਰਮਾਨਿਕ ਸਾਹਿਬ ਦੇ ਕੋਲੋਂ ਖਬਰਾਂ ਦੇ ਉੱਤੇ ਟਿੱਪਣੀਆਂ ਲੈਣ ਤੋਂ ਪਹਿਲਾਂ ਕੁਝ ਇੱਕ ਉਹਨਾਂ ਖਬਰਾਂ ਦੇ ਬਾਰੇ ਗੱਲ ਕਰਦੇ ਹਾਂ ਸੁਰਖੀਆਂ ਦੇ ਰੂਪ ਦੇ ਵਿੱਚ ਜਿਨ੍ਹਾਂ ਦੇ ਬਾਬਤ ਮਾਨਕੀ ਸਾਹਿਬ ਦੇ ਵਿਚਾਰ ਜਾਣਾਂਗੇ ਚੋਣ ਕਮਿਸ਼ਨ ਦੇ ਵੱਲੋਂ 22 ਪਿੱਟ ਮਸ਼ੀਨਾ ਦੇ ਲਈ ਫੰਡ ਦੀ ਮੰਗ ਕੀਤੀ ਗਈ ਆ ਫੰਡ ਕਦੋਂ ਜਾਰੀ ਹੋਏਗਾ ਕੁਝ ਕਹਿ ਨਹੀਂ ਸਕਦੇ ਪਰ ਚੋਣ ਕਮਿਸ਼ਨ ਦੇ ਵੱਲ 2019 ਦੀਆਂ ਲੋਕ ਸਭਾ ਚੋਣਾਂ ਪਰਚੀ ਕੱਢਣ ਵਾਲੀ ਮਸ਼ੀਨ ਦੇ ਉੱਤੇ ਕਰਵਾਉਣੀਆਂ ਤਾਂ ਉਹਦੇ ਲਈ ਫੰਡ ਵੀ ਜਾਰੀ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਵੱਲੋਂ ਨਵੇਂ ਭਾਰਤ ਦੀ ਸਿਰਜਣਾ ਦਾ ਸੱਦਾ ਦਿੱਤਾ ਗਿਆ ਤੇ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਨੂੰ ਇੱਕ ਮਹੀਨਾ ਪੂਰਾ ਹੋ ਗਿਆ 16 April ਨੂੰ ਬਹੁਤ ਸਾਰੇ ਵਿਵਾਦ ਜੁੜੇ ਉਜਕ ਨਵੀਆਂ ਗੱਲਾਂ ਵੀ ਜੁੜੀਆਂ ਰਲਮੀ ਮਿਲਮੀ ਗੱਲ ਰਹੀ ਹੈ ਪਰ ਨਸ਼ਿਆਂ ਦਾ ਮਾਮਲਾ ਉੱਥੇ ਦੀ ਉੱਥੇ ਹੀ ਹੈ ਇੱਕ ਮਹੀਨੇ ਦੇ ਵਿੱਚ ਕੈਪਟਨ ਸਾਹਿਬ ਨੇ ਨਸ਼ੇ ਮੁਕੰਮਲ ਖਤਮ ਕਰਨ ਦੀ ਗੱਲ ਕਹੀ ਸੀ ਪਰ ਹਾਲੇ ਤੱਕ ਇਹ ਖਤਮ ਹੋਏ ਨਹੀਂ ਤੇ ਪਹਿਲਾਂ ਵਾਲੀ ਗੱਲ ਸਾਨੂੰ ਦਿਖਾਈ ਦੇ ਰਹੀ ਹੈ ਇਸ ਤੋਂ ਇਲਾਵਾ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਹਰਾਂਡੇ ਵੱਲੋਂ ਨਵੀਂ ਸੱਭਿਆਚਾਰਕ ਨੀਤੀ ਉਲੀਕਣ ਦੇ ਖਾਤਰ ਪੰਜਾਬ ਦੇ ਬੁੱਧੀਜੀਵੀਆਂ ਕਲਾਕਾਰਾਂ ਆਲੋਚਕਾਂ ਦੀ ਇੱਕ ਚੰਡੀਗੜ੍ਹ ਦੇ ਵਿੱਚ ਮੀਟਿੰਗ ਸੰਧੀ ਗਈ ਤੇ ਇੱਕ ਬੜੀ ਦੁਖਦਾਈ ਖਬਰ ਹੈ ਕਿ ਪੰਜਾਬ ਦੇ ਵਿੱਚ ਤੁਸੀਂ ਕਿਸੇ ਵੀ ਹਿੱਸੇ ਦੇ ਵੱਲ ਅੱਜ ਸਫ਼ਰ ਕਰ ਲਵੋ ਤੁਹਾਨੂੰ ਸੈਂਕੜੇ ਏਕੜ ਖੇਤਾਂ ਦੇ ਵਿੱਚ ਅੱਗ ਲੱਗੀ ਹੋਈ ਦਿਖਾਈ ਦੇਵੇਗੀ ਹਾਲਾਂਕਿ ਕਾਨੂੰਨ ਆ ਜਿਹੜਾ ਇਸ ਮਾਮਲੇ ਉੱਤੇ ਸਖਤੀ ਦੀ ਗੱਲ ਕਰਦਾ ਹੈ ਪਰ ਜਿਉਂ ਦੀ ਤਿਉਂ ਹਾਲਾਤ ਬੜੇ ਹੋਏ ਨੇ ਕੁਝ ਹੋਰ ਵੀ ਖਬਰਾਂ ਨਹੀਂ ਤੇ ਮਾਨਕ ਸਾਹਿਬ ਸਵਾਗਤ ਹੈ ਤੁਹਾਡਾ ਸ਼ੁਕਰੀਆ ਜੀ ਮਾਨਕ ਸਾਹਿਬ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਵੱਲੋਂ ਜਿਹੜੀ ਮੀਟਿੰਗ ਕੀਤੀ ਗਈ ਆ ਭਾਜਪਾ ਕਾਰਜਕਾਰਨੀ ਦੀ ਵਿਸ਼ਾਖਾਪਟਨਮ ਦੇ ਵਿੱਚ ਉਹਨਾਂ ਨੇ ਕਿਹਾ ਕਿ ਨਵੇਂ ਭਾਰਤ ਦੀ ਸਿਰਜਣਾ ਦਾ ਅਸੀਂ ਸਦਾ ਦਿੰਨੇ ਆ ਤੇ ਸਾਨੂੰ ਬਦਲਾ ਲਊ ਭਾਵਨਾ ਨਾਲ ਬਿਲਕੁਲ ਨਹੀਂ ਕੰਮ ਕਰਨਾ ਚਾਹੀਦਾ ਜਿੱਤਾਂ ਤੋਂ ਬਹੁਤਾ ਉਤਸ਼ਾਹ ਨਹੀਂ ਹੋਣਾ ਚਾਹੀਦਾ ਹੋਰ ਵੀ ਕਈ ਗੱਲਾਂ ਕਈਆਂ ਨੇ ਕੀ ਕਹਿਣਾ ਚਾਹੋਗੇ ਮੋਦੀ ਸਾਹਿਬ ਦੇ ਬਾਰੇ ਰਹਿਣਾ ਜੀ ਭਾਰਤੀ ਜਨਤਾ ਪਾਰਟੀ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਬਹੁਤ ਵੱਡੀ ਜਿੱਤ ਹਾਸਲ ਹੋਈ ਆ ਖਾਸ ਕਰਕੇ ਉੱਤਰ ਪ੍ਰਦੇਸ਼ ਚ ਜਿਹੜੀ ਉਹਨੂੰ ਬਹੁਤ ਭਾਰੀ ਸਮਰਥਨ ਮਿਲਿਆ ਜਿੱਤ ਤੋਂ ਬਾਅਦ ਨਰਿੰਦਰ ਮੋਦੀ ਹੋਰੀ ਸਟੇਟਸਮੈਨ ਬਣਨ ਦੀ ਕੋਸ਼ਿਸ਼ ਕਰ ਰਹਾ ਚੋਣਾਂ ਦੇ ਵਿੱਚ ਉਹ ਇੱਕ ਜਿਹੜੇ ਆ ਫਿਰਕੂ ਲੀਡਰ ਦੇ ਤੌਰ ਤੇ ਵਿਚਰਦੇ ਰਹੇ ਉਹਨਾਂ ਨੇ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਤੇ ਇੱਥੇ ਤੱਕ ਗੱਲ ਕਰੇ ਕਿ ਦੀਵਾਲੀ ਤੇ ਕਿੰਨੀ ਬਿਜਲੀ ਦਿੱਤੀ ਗਈ ਆ ਤੇ Eid ਤੇ ਕਿੰਨੀ ਬਿਜਲੀ ਦਿੱਤੀ ਗਈ ਹੈ ਕਬਰਸਤਾਨ ਬਣਨੇ ਚਾਹੀਦੇ ਆ ਜਾਂ ਸ਼ਮਸ਼ਾਨ ਘਟ ਬਣਨੇ ਚਾਹੀਦੇ ਆ ਹੋਰ ਢੰਗਾਂ ਤਰੀਕਿਆਂ ਨਾਲ ਜਿਹੜਾ ਉਹਨਾਂ ਨੇ ਫਿਰਕੂ ਕਤਾਰਬੰਦੀ ਕੀਤੀ ਹੈ ਸਿਰਫ ਮੁਸਲਮਾਨ ਸਮਾਜ ਦੇ ਖਿਲਾਫ ਹੀ ਦੂਜੇ ਵਰਗਾਂ ਨੂੰ ਨਹੀਂ ਭੜਕਾਇਆ ਬਲਕਿ ਦਲਤਾਂ ਦੇ ਵਿੱਚ ਜਿਹੜੇ ਵਰਗ ਮਾਇਆਵਤੀ ਦਾ ਸਮਰਥਨ ਕਰਦੇ ਸੀ ਉਹਨਾਂ ਨੂੰ ਦਫਾੜ ਕਰਕੇ ਜਿਹੜੇ ਮਹਾਦਲਤ ਵਰਗ ਆ ਹੋਰ ਵਰਗ ਜਿਹੜੇ ਮਾਇਆਵਤੀ ਦੇ ਨਾਲ ਨਹੀਂ ਸੀ ਉਹਨਾਂ ਨੂੰ ਭਜਪਾ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਹੈ ਇਸੀ ਤਰ੍ਹਾਂ ਜਿਹੜੇ ਯਾਦਵਾਂ ਦੇ ਵਿਰੋਧੀ ਸੀ ਕਿਉਂਕੋ ਯਾਦਵ ਸਮਾਜਵਾਦੀ ਪਾਰਟੀ ਦਾ ਵੋਟ ਬੈਂਕ ਸੀ ਉਹਨਾਂ ਤੋਂ ਜਿਹੜੇ ਵੱਖਰੇ ਲੋਕ ਸੀਗੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਭਾਜਪਾ ਨੇ ਆਪਣੇ ਨਾਲ ਲੈਣ ਦਾ ਯਤਨ ਕੀਤਾ ਇੱਕ ਕਿਸਮ ਦੀ ਉਹਨਾਂ ਨੇ ਜਾਤੀਆਂ ਦੇ ਅੰਦਰ ਜਿਹੜੀ ਜਿਹੜੀ ਕਤਾਰਬੰਦੀ ਕੀਤੀ ਹੈ ਤੇ ਜਿਹੜੀ ਹੋਰ ਜਿਹੜੇ ਵਰਗ ਸੀਗੇ ਹਿੰਦੂ ਤੇ ਗੈਰ ਹਿੰਦੂ ਵਰਗ ਉਹਨਾਂ ਦੀ ਕਤਾਰਬੰਦੀ ਕੀਤੀ ਹੈ ਚੋਣਾਂ ਜਿੱਤਣ ਵੇਲੇ ਤਾਂ ਤੁਸੀਂ ਹਰ ਹਰ ਬਾ ਵਰਤਦੇ ਆ ਤੇ ਚੋਣ ਜਿੱਤ ਲੈਣੇ ਆ ਤੇ ਤਾਂ ਕਿ ਸਾਡੇ ਖਿਲਾਫ ਜਿਹੜੇ ਦੇਸ਼ ਦੇ ਅੰਦਰ ਕਵਾਤਾਵਰਨਾ ਬਣੇ ਲੋਕ ਇਹ ਦੋਸ਼ ਨਾ ਲਾਣ ਕੇ ਭਾਜਪਾ ਫਿਰ ਕੁਕਤਾਰਬੰਦੀ ਕਰਕੇ ਦੇਸ਼ ਦੀ ਏਕਤਾ ਖਣਤਾ ਨੂੰ ਖਤਰੇ ਚ ਪਾ ਰਹੀ ਹੈ ਫਿਰ ਤੁਸੀਂ ਸਟੇਟਸਮੈਨ ਬਣਨ ਦਾ ਯਤਨ ਕਰਦੇ ਆ ਸੋ ਮੋਦੀ ਹੁਣੇ ਵੀ ਲੋਕਾਂ ਦੀਆਂ ਅੱਖਾਂ ਚ ਘੱਟਾ ਪਾਉਣ ਲਈ ਸਟੇਟਸਮੈਨ ਬਣਨ ਦਾ ਯਤਨ ਕਰ ਰਿਹਾ ਨਵਾਂ ਭਾਰਤ ਜਿਹੜਾ ਉਹ ਸਿਰਜਣਾ ਦੀ ਗੱਲ ਕਰਦੇ ਆ ਉਹਨਾਂ ਦਾ ਇਹ ਤੋਂ ਮੰਤਵ ਇਹ ਹੈ ਕਿ ਇੱਕ ਹਿੰਦੂ ਵੋਟ ਬੈਂਕ ਕੈਮ ਕੀਤਾ ਜਾਏ ਜਿਹੜਾ ਉਹਨਾਂ ਨੂੰ ਉਹਨਾਂ ਦੀ ਕਾਰਗੁਜ਼ਾਰੀ ਤੇ ਵੋਟ ਨਾ ਦੇਵੇ ਬਲਕਿ ਉਹਨਾਂ ਦੇ ਹਿੰਦੂ ਹੋਣ ਕਰਕੇ ਉਹਨਾਂ ਨੂੰ ਵੋਟ ਦੇਵੇ ਸੋ ਇਹ ਜਿਹੜੀ ਭਜਪਾ ਦੀ ਰਾਜਨੀਤੀ ਹੈ ਭਾਵੇਂ ਉਹਨੂੰ ਵੱਡੀ ਜਿੱਤ ਮਿਲੀ ਹੈ ਉਹਦਾ ਉਹ ਇਹਦਾ ਕਾਰਨ ਹੈ ਆ ਦੂਜੀਆਂ ਪਾਰਟੀਆਂ ਜਿਹੜੀਆਂ ਧਰਮ ਨਿਰਪੱਖਤਾ ਦਾ ਦਾਵਾ ਕਰਦੀਆਂ ਸੀ ਉਹ ਵੀ ਜਾਤੀ ਤੇ ਧਾਰਮਿਕ ਜਿਹੜੀ ਕਤਾਰਬੰਦੀ ਹੈ ਉਹ ਤੋਂ ਉੱਪਰ ਨਹੀਂ ਉੱਠ ਸਕੀਆਂ ਉਹ ਜਿਹੜੀਆਂ ਘਟਗਿੰਤੀਆਂ ਦਾ ਤੁਸ਼ਟੀਕਰਨ ਕਰਦੀਆਂ ਰਹੀਆਂ ਬਾਕੀ ਪਾਰਟੀਆਂ ਕਾਂਗਰਸ ਕਾਂਗਰਸ ਸਮੇਤ ਸਮਾਜਵਾਦੀ ਪਾਰਟੀ बसपा ਜਿਹੜੀਆਂ ਇਸ ਤਰ੍ਹਾਂ ਦੇ ਜਿਹੜੇ ਦੂਜੇ ਦਲ ਸੀਗੇ ਉਹ ਘੱਟ ਗਿਣਤੀ ਦਾ ਤੁਸ਼ਟੀਕਰਨ ਕਰਦੇ ਰਿਹਾ ਤੇ ਇਹ ਬਹੁ ਗਿਣਤੀ ਦਾ ਤੁਸ਼ਟੀਕਰਨ ਕਰਦੇ ਆ ਸੋ ਇਹ ਕੋਈ ਦੇਸ਼ ਦੇ ਅੰਦਰ ਸਿਹਤਮੰਦ ਰਾਜਨੀਤੀ ਦੇ ਇਹ ਕੋਈ ਸੰਕੇਤ ਨਹੀਂ ਹੈਗੇ ਤੇ ਆਮਾਨਕ ਸਾਹਿਬ ਆਮ ਆਦਮੀ ਪਾਰਟੀ ਨੂੰ ਜਿੰਨੀ ਵੱਡੀ ਚੜਤ ਨਸੀਬ ਹੋਈ ਸੀ ਪਿਛਲੇ ਕੁਝ ਸਮੇਂ ਤੋਂ ਅਸੀਂ ਨੋਟ ਕਰ ਰਹੇ ਹਾਂ ਕਿ ਆਮ ਆਦਮੀ ਪਾਰਟੀ ਦਾ ਗ੍ਰਾਫ ਉਨਾ ਹੀ ਥੱਲੇ ਜਾ ਰਿਹਾ ਮੈਂ ਤਾਂ ਇਹ ਵੀ ਸੋਚਦਾ ਕਿ ਜਿੱਥੋਂ ਆਮ ਆਦਮੀ ਪਾਰਟੀ ਤੁਰੀ ਤੇ ਉੱਥੇ ਹੀ ਖੁਰੀ ਕਿਉਂਕਿ ਦਿੱਲੀ ਡੇਰ ਜੋਰੀ ਗਾਰਡਨ ਦੀ ਜਿਹੜੀ ਉਪਚੋਣ ਹੋਈ ਹੈ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਜ਼ਮਾਨਤ ਤੱਕ ਜ਼ਬਤ ਹੋ ਗਈ ਹੈ ਪੰਜਾਬ ਦੇ ਵਿੱਚ 20 ਸੀਟਾਂ ਤੱਕ ਸਿਮਟ ਕੇ ਰਹਿ ਗਏ ਗੁਆ ਦੇ ਵਿੱਚ ਖਾਤਾ ਵੀ ਨਹੀਂ ਖੁੱਲਿਆ ਤੇ 23 April ਨੂੰ MCD ਦੀਆਂ ਚੋਣਾਂ ਹੋਣੀਆਂ ਦਿੱਲੀ ਮਿਊਸਿਪਲ ਕਾਰਪੋਰੇਸ਼ਨ ਦੀਆਂ ਕੀ ਕਹਿਣਾ ਚਾਹੋਗੇ ਆਮ ਆਦਮੀ ਪਾਰਟੀ ਦੀ ਮੌਜੂਦਾ ਸਥਿਤੀ ਬਾਰੇ ਡਾਣਾ ਜੀ ਜੜੀਆਂ ਵੀ ਕੋਈ ਪਾਰਟੀਆਂ ਹੁੰਦੀਆਂ ਉਹ ਵਿਚਾਰਧਾਰਾ ਤੇ ਸਿਧਾਂਤਾਂ ਦੇ ਆਧਾਰ ਤੇ ਉਸਰਦੀਆਂ ਬਣਦੀਆਂ ਸ਼ੁਰੂ ਵਿੱਚ ਜਿਹੜੀ ਆਮ ਆਦਮੀ ਪਾਰਟੀ ਸੀ ਜਾਂ ਨਾ ਹਜ਼ਾਰੇ ਦੇ ਅੰਦੋਲਨ ਚੋਂ ਉਬਰੀ ਹੈ ਉਸ ਵੇਲੇ ਇੱਕ ਇਹਦਾ ਸਿਧਾਂਤ ਨਜ਼ਰ ਆ ਰਿਹਾ ਸੀ ਕਿ ਇਹ ਜਾਤਪਾਤ ਦੀ ਰਾਜਨੀਤੀ ਨਹੀਂ ਕਰੇਗੀ ਇਹ ਧਾਰਮਿਕ ਫਿਰਕਾ ਪ੍ਰਸਤੀ ਦੀ ਰਾਜਨੀਤੀ ਨਹੀਂ ਕਰੇਗੀ ਇਹ ਭ੍ਰਿਸ਼ਟਾਚਾਰ ਦਾ ਵਿਰੋਧ ਕਰੇਗੀ ਤੇ ਇਹਦੇ ਜਿਹੜੇ ਸਾਰੇ ਸਰੋਕਾਰ ਆ ਉਹ ਗਰੀਬ ਤੇ ਪਛੜੇ ਵਰਗਾਂ ਦੇ ਹੱਕ ਚ ਹੋਣਗੇ ਜਿਹੜੇ ਗਰੀਬ ਪਛੜੇ ਵਰਗ ਆ ਉਹਨਾਂ ਲਈ ਇੱਕ ਬਿਹਤਰ ਜਿਹੜਾ ਪ੍ਰਸ਼ਾਸਨ ਉਹਨਾਂ ਨੂੰ ਇਹ ਮਹਈਆ ਕਰੇਗੀ ਇਸ ਤਰ੍ਹਾਂ ਦੇ ਦਾਅਵੇ ਤੇ ਵਾਅਦੇ ਆਮ ਆਦਮੀ ਪਾਰਟੀ ਨੇ ਕੀਤੇ ਸੀਗੇ ਤੇ ਉਸ ਵੇਲੇ ਕਿਉਂ ਕੇਂਦਰ ਚ ਜਿਹੜੀ ਕਾਂਗਰਸ ਪਾਰਟੀ ਰਾਜ ਕਰਦੀ ਸੀ ਉਹਦੇ ਖਿਲਾਫ ਲੋਕਾਂ ਚ ਰੋਹ ਤੇ ਰੋਸ ਸੀਗਾ ਲੋਕਾਂ ਨੂੰ ਇੱਕ ਬਖਰੀ ਪਾਰਟੀ ਨਜ਼ਰ ਆਈ ਇਸ ਕਰਕੇ ਉਹ ਲੋਕ ਬਹੁਤ ਸਾਰੇ ਲੋਕ ਜਿਹੜੇ ਦੇਸ਼ ਦੇ ਅੰਦਰ ਇਹਨਾਂ ਨਾਲ ਜੁੜੇ ਪਰ ਸਮੇਂ ਦੇ ਬੀਤਣ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਸਿਧਾਂਤਕ ਸੇਧ ਦੇਣ ਵਾਲੇ ਲੀਡਰ ਸੀਗੇ ਚਾਹੇ ਉਹ ਪ੍ਰਸ਼ਾਂਤ ਪੂਸ਼ਨ ਸੀ ਚਾਹੇ ਜਗਿੰਦਰ ਯਾਦਵ ਸੀ ਚਾਹੇ ਇਸ ਤਰ੍ਹਾਂ ਦੇ ਹੋਰ ਲੋਕ ਸੀਗੇ ਜਿਹੜੇ ਜਿਹੜੇ ਕਿਸੇ ਸਿਧਾਂਤ ਨੂੰ ਅਪਣਾਏ ਹੋਏ ਸੀਗੇ ਉਹਨਾਂ ਨੂੰ ਇਹਨਾਂ ਨੇ ਹੌਲੀ-ਹੌਲੀ ਕੱਢ ਕੇ ਬਾਹਰ ਮਾਰਿਆ ਹੁਣ ਇਹ ਪਾਰਟੀ ਜਿਹੜੀ ਆ ਇਹਦਾ ਕੋਈ ਸਿਧਾਂਤ ਨਹੀਂ ਨਜ਼ਰ ਆਉਂਦਾ ਕਿ ਇਹ ਗਰੀਬ ਵਰਗ ਆ ਜਿਹੜੇ ਲੋੜਵੰਦ ਲੋਕ ਆ ਉਹਨਾਂ ਲਈ ਕੁਝ ਕਰੂਗੀ ਜਾਂ ਨਹੀਂ ਕਰੇਗੀ ਤੇ ਫਿਰ ਜਿਸ ਤਰ੍ਹਾਂ ਦੀ ਕੇਜਰੀਵਾਲ ਹੋ ਰਹੀ ਹੈ ਬਿਨਾ ਕਿਸੇ ਠੋਸ ਸਬੂਤਾਂ ਤੋਂ ਦੂਜੀਆਂ ਪਾਰਟੀਆਂ ਦੇ ਆਗੂਆਂ ਦੇ ਖਿਲਾਫ ਵੱਡੇ-ਵੱਡੇ ਦੋਸ਼ ਲਾ ਦਿੰਦੇ ਆ ਬਾਅਦ ਚ ਸਾਬਤ ਨਹੀਂ ਹੁੰਦੇ ਉਹਦੇ ਕਰਕੇ ਬਹੁਤ ਸਾਰੇ ਕੇਸਾਂ 'ਚ ਵੀ ਫਸੇ ਹੋਏ ਆ ਫਿਰ ਇਹਨਾਂ ਦੇ ਦਿੱਲੀ ਦੇ ਵਿੱਚ ਆਪਣੇ 10-12 ਜਿਹੜੇ ਐਮਐਲਏ ਆ ਉਹ ਵਕ ਵਕ ਕਿਸਾਂ ਚ ਫਸੇ ਹੋਏ ਸੋ ਇੱਕ ਵੱਖਰੀ ਪਾਰਟੀ ਨਜ਼ਰ ਨਹੀਂ ਆ ਰਹੀ ਤੇ ਜੇ ਇੱਕ ਵੱਖਰੀ ਪਾਰਟੀ ਨਹੀਂ ਹੈਗੀ ਤਾਂ ਹੌਲੀ ਹੌਲੀ ਲੋਕਾਂ ਦਾ ਮੋਹ ਭੰਗ ਹੋਣਾ ਕੁਦਰਤੀ ਹੈ ਅਜੇ ਵੀ ਲੋੜ ਹੈ ਪੰਜਾਬ ਦੇ ਅੰਦਰ ਜਿਹੜੀ ਚਾਹੇ ਉਹ ਇਹਨਾਂ ਦੀ ਸਰਕਾਰ ਨਹੀਂ ਬਣੀ ਪਰ ਫਿਰ ਵੀ ਉਹਨਾਂ ਨੂੰ ਜਿਹੜੀਆਂ 20 ਸੀਟਾਂ ਮਿਲੀਆਂ ਦੋ ਇਹਨਾਂ ਦੇ ਭਾਈ ਵੱਲਾਂ ਨੂੰ ਸੀਟਾਂ ਮਿਲੀਆਂ 22 ਸੀਟਾਂ ਮਿਲੀਆਂ ਜੇ ਇੱਕ ਪ੍ਰਭਾਵੀ ਵਿਰੋਧੀ ਧਿਰ ਦਾ ਰੋਲ ਪੰਜਾਬ 'ਚ ਅਦਾ ਕਰਦੀ ਹੈ ਤਾਂ ਅਗਲੀਆਂ ਜਿਹੜੀਆਂ 2019 'ਚ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਉਹਦੇ 'ਚ ਕੋਈ ਚੰਗੀ ਕਾਰਗੁਜ਼ਾਰੀ ਦਿਖਾ ਸਕਦੀ ਹੈ ਤੇ ਉਹ ਤੋਂ ਬਾਅਦ ਜਿਹੜੀਆਂ ਅਗਲੀਆਂ ਵਿਧਾਨ ਸਭਾ ਮੰਦੀਆਂ ਚੋਣਾਂ ਹੋਣਗੀਆਂ 5 ਸਾਲ ਬਾਅਦ ਉਹਦੇ ਵਿੱਚ ਲੋਕਾਂ ਦੇ ਸਾਹਮਣੇ ਇੱਕ ਬਦਲ ਵਜੋਂ ਇਹ ਕਾਇਮ ਰਹਿ ਸਕਦੀ ਹੈ ਪਰ ਜੇ ਇਹਨੇ ਆਪਣਾ ਘਰ ਨਾ ਸਵਾਰਿਆ ਦਿੱਲੀ ਤੇ ਪੰਜਾਬ ਦੀ ਲੀਡਰਸ਼ਿਪ ਦੇ ਦਰਮਿਆਨ ਮਤਭੇਦ ਜਿਹੜੇ ਉੱਭਰ ਰਹੇ ਆ ਇਹ ਹੱਲ ਨਾ ਹੋਏ ਤੇ ਇੱਥੇ ਇਹ ਆਪਣੀ ਇੱਕ ਸਪਸ਼ਟ ਨੀਤੀ ਪਹੁੰਚ ਪ੍ਰੋਗਰਾਮ ਲੈ ਕੇ ਪੰਜਾਬ ਦੇ ਲੋਕਾਂ ਕੋਲ ਨਾ ਗਈ ਸਾਰੂ ਵਿਰੋਧੀ ਧਿਰ ਦਾ ਇਹਨੇ ਰੋਲ ਅਦਾ ਨਾ ਕੀਤਾ ਤੇ ਹੌਲੀ ਹੌਲੀ ਪੰਜਾਬ ਦੇ ਵਿੱਚ ਵੀ ਇਹ ਪਾਰਟੀ ਕਮਜ਼ੋਰ ਹੋ ਜਾਏਗੀ ਜੀ ਮਾਨਕ ਸਾਹਿਬ ਹਰਜੀਤ ਸਿੰਘ ਸੱਜਣ ਜਿਹੜੇ ਕੈਨੇਡਾ ਦੇ ਰੱਖਿਆ ਮੰਤਰੀ ਨੇ ਉਹਨਾਂ ਦੀ ਭਾਰਤ ਫੇਰੀ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਹਰਾਡੇ ਵੱਲੋਂ ਇਹ ਗੱਲ ਕਹਿ ਕੇ ਕਿ ਉਹ ਤਾਂ ਖਾਲਿਸਤਾਨ ਪੱਖੀ ਨੇ ਉਹਨਾਂ ਦੇ ਪਿਤਾ ਜੀ ਕੁੰਦਨ ਸਿੰਘ ਸੱਜਣ ਹੋਰੀ ਵੀ ਖਾਲਿਸਤਾਨ ਪੱਖੀ ਨੇ ਇਹ ਕਹਿ ਕੇ ਇੱਕ ਵਾਰੀ ਪੰਜਾਬ ਦੀ ਰਾਜਨੀਤੀ ਨੂੰ ਪਖਾ ਦਿੱਤਾ ਗਿਆ ਹੁਣ ਵਿਰੋਧੀ ਧਿਰਾਂ ਨੇ ਜਿਹੜੀਆਂ ਉਹ ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਦੇ ਉੱਤੇ ਇਹ ਕਹਿਣੀ ਦੇ ਉੱਤੇ ਲਗਾਤਾਰ ਪ੍ਰਚਾਰ ਕਰ ਰਹੀਆਂ ਨੇ ਵਾਰ ਕਰ ਰਹੀਆਂ ਨੇ ਰਾਣਾ ਗੁਰਜੀਤ ਸਿੰਘ ਇਹ ਗੱਲ ਕਹਿ ਰਹੇ ਨੇ ਕਿ ਬਿਲਕੁਲ ਅਸੀਂ ਸਹੀ ਗੱਲ ਕਹੀ ਹੈ ਆਕਾਲੀ ਦਲ ਦੇ ਆਗੂ ਇਹ ਗੱਲ ਕਹਿ ਰਹੇ ਨੇ ਕਿ 온ਟਾਰੀਓ ਦੀ ਪਾਰਲੀਮੈਂਟ ਦੇ ਵਿੱਚ 1984 ਸਿੱਖ ਕਤਲੇਆਮ ਨੂੰ ਨਸਲਕੁਸ਼ੀ ਘੋਸ਼ਣਾ ਦਿੱਤਾ ਗਿਆ ਇਸ ਕਰਕੇ ਗਾਂਧੀ ਪਰਿਵਾਰ ਦੇ ਕਹਿਣ ਦੇ ਉੱਤੇ ਕੈਪਟਨ ਸਾਹਿਬ ਸੱਜਣ ਦੇ ਨਾਲ ਸੱਜਣਤਾ ਨਹੀਂ ਦਿਖਾ ਰਹੇ ਤੁਸੀਂ ਕੀ ਕਹਿਣਾ ਚਾਹੋਗੇ ਟੈਣਾ ਜੀ ਮੈਂ ਸਮਝਦਾ ਜਿਹੜੇ ਪ੍ਰਵਾਸੀ ਪੰਜਾਬੀ ਹੈ ਉਹ ਸਾਡੇ ਸਮਾਜ ਦਾ ਇੱਕ ਹਿੱਸਾ ਹੈ ਤੇ ਉਹ ਹਰ ਤਰ੍ਹਾਂ ਦੀ ਉਹਨਾਂ ਨਾਲ ਸਾਡੀ ਸਾਂਝ ਹੈ ਸਹੀ ਤੇ ਉਹਨਾਂ ਦੇ ਖਿਲਾਫ ਸਮੁੱਚੇ ਤੌਰ ਤੇ ਇਸ ਤਰ੍ਹਾਂ ਦੀ ਕੋਈ ਟਿੱਪਣੀ ਕਰਨੀ ਨਹੀਂ ਚਾਹੀਦੀ ਸੀ ਜਿਹੜੇ ਜਿੰਨੇ ਵੀ ਪੰਜ ਜਿਹੜੇ ਕੈਬਨਿਟ ਮਨਿਸਟਰ ਕੈਨੇਡਾ ਦੀ ਸਰਕਾਰ ਦੇ ਵਿੱਚ ਉਹਨਾਂ ਦੇ ਖਿਲਾਫ ਕੋਈ ਠੋਸ ਸਬੂਤ ਨਹੀਂ ਹੈਗੇ ਕਿ ਉਹ ਖਰਸਤਾਨੀ ਆ ਜਾਂ ਕੋਈ ਪਰਿਵਾਰ ਦਾ ਮੈਂਬਰ ਮੇਰੇ ਪਰਿਵਾਰ ਦਾ ਮੈਂਬਰ ਜਾਂ ਤੁਹਾਡੇ ਪਰਿਵਾਰ ਦਾ ਮੈਂਬਰ ਕਿਸੇ ਲਹਿਰ ਨਾਲ ਸੰਬੰਧਿਤ ਵੀ ਹੋਵੇ ਤੇ ਉਹਦੀ ਸੋਚ ਤੁਸੀਂ ਮੇਰੇ ਪਰ ਨਹੀਂ ਠੋਸ ਸਕਦੇ ਜੇ ਇਦਾਂ ਦੀ ਗੱਲ ਹੋਵੇ ਸੋ ਇਸ ਤਰ੍ਹਾਂ ਦਾ ਕੋਈ ਜਿਹੜੀ ਟਿੱਪਣੀਆਂ ਪਿਛਲੇ ਦਿਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀਆਂ ਬਿਲਕੁਲ ਗਲਤ ਹੈ ਔਰ ਇਹਨਾਂ ਦਾ ਪੰਜਾਬੀ ਭਾਈਚਾਰੇ ਦੇ ਉੱਪਰ ਵੀ ਅਸਰ ਪਿਆ ਕਿ ਭਾਈਚਾਰੇ ਦੇ ਅੰਦਰ ਤਣਾਅ ਪੈਦਾ ਹੋਈਆਂ ਦੂਜੀ ਗੱਲ ਇਹ ਹੈ ਕਿ ਕੈਨੇਡਾ ਇੱਕ ਸ਼ਕਤੀਸ਼ਾਲੀ ਖੁਸ਼ਹਾਲ ਦੇਸ਼ ਹੈ ਤੇ ਸਾਡੇ ਲੋਕ ਜੇ ਉੱਥੇ ਅਹਿਮ ਅਹੁਦਿਆਂ 'ਤੇ ਬੈਠੇ ਆ ਉਹ ਪੰਜਾਬ ਦੀ ਕਿਸੇ ਨਾ ਕਿਸੇ ਰੂਪ 'ਚ ਮਦਦ ਕਰ ਸਕਦੇ ਤਕਨੀਕੀ ਤੌਰ ਤੇ ਮਦਦ ਕਰ ਸਕਦੇ ਆ ਵਿਤੀ ਤੌਰ ਤੇ ਪ੍ਰਵਾਸੀ ਉਹ ਜਿਹੇ ਨਿੱਜੀ ਤੌਰ ਤੇ ਬਥੇਰੀ ਮਦਦ ਕਰਦੇ ਆ ਇਧਰ ਦੇ ਲੋਕਾਂ ਦੀ ਤੇ ਜੇ ਉੱਥੇ ਦੀ ਸਰਕਾਰ ਨਾਲ ਵੀ ਸਾਡੇ ਬਿਹਤਰ ਰਿਸ਼ਤੇ ਹੋਣ ਤੇ ਬਹੁਤ ਸਾਰੇ ਖੇਤਰਾਂ ਚ ਪੰਜਾਬ ਦੀ ਕੈਨੇਡਾ ਜਿਹੜਾ ਮਦਦ ਕਰ ਸਕਦਾ ਪਰ ਜੇਕਰ ਅਸੀਂ ਇਸ ਤਰ੍ਹਾਂ ਦੇ ਸਬੰਧ ਵਿਗਾੜਾਂਗੇ ਤੇ ਉਹ ਜਿਹੜਾ ਸਾਨੂੰ ਨੁਕਸਾਨ ਹੋਏਗਾ ਬਾਕੀ ਜਿਹੜਾ ਇਹ ਦੋ ਇਸ ਸਬੰਧ ਵਿੱਚ ਜਿਹੜੇ ਹਰਜੀਤ ਸਿੰਘ ਸੱਜਣ ਹੈ ਜਿਹੜੇ ਰੱਖਿਆ ਮੰਤਰੀ ਹੈ ਕੈਨੇਡਾ ਦੇ ਜਿਨ੍ਹਾਂ ਨੂੰ ਲੈ ਕੇ ਕੈਪਟਨ ਹਿੰਮੰਦਰ ਸਿੰਘ ਨੇ ਇਹ ਬਿਆਨ ਦਿੱਤਾ ਉਹਨਾਂ ਨੇ ਬੜੀ ਸਿਆਣਫ ਦਿਖਾਈ ਹੈ ਉਹਨਾਂ ਨੇ ਕਿਹਾ ਕਿ ਮੈਂ ਉੱਥੇ ਜਾ ਰਿਹਾ ਤੇ ਭਾਰਤ ਤੇ ਕੈਨੇਡਾ ਦੇ ਸਬੰਧ ਸੁਧਾਰਨ ਜਾ ਰਿਹਾ ਤੇ ਮੇਰਾ ਧਿਆਨ ਸਾਰਾ ਦੋਨਾਂ ਦੇਸ਼ਾਂ ਦੇ ਸਬੰਧ ਸੁਧਾਰਨ ਉੱਪਰ ਹੋਊਗਾ ਤੇ ਕੋਈ ਮੈਨੂੰ ਮਿਲਦਾ ਜਾ ਨਹੀਂ ਮਿਲਦਾ ਇਹਦੇ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਸੋ ਉਹਨਾਂ ਨੇ ਇੱਕ ਸਿਆਣੀ ਪਹੁੰਚ اختیار ਕੀਤੀ ਹੈ ਉਹਨਾਂ ਨੂੰ ਕੈਪਟਨ ਨਾਲ ਕਿਸੇ ਤਰ੍ਹਾਂ ਦੀ ਬਿਆਨਵਾਜੀ ਵਿੱਚ ਉਲਝਣਾ ਨਹੀਂ ਚਾਹੀਦਾ ਬਾਕੀ ਇੱਕ ਪੱਤਰਕਾਰ ਦੇ ਤੋਂ ਤੇ ਮੈਂ ਮਹਿਸੂਸ ਕਰਦਾ ਕਿ ਪੰਜਾਬ ਦੇ ਲੋਕਾਂ ਨੂੰ ਹਰਜੀਤ ਸਿੰਘ ਸੱਜਣ ਦਾ ਪੂਰੀ ਖੁੱਲ੍ਹ ਦੇ ਨਾਲ ਜੋਰ ਸ਼ੋਰ ਨਾਲ ਸਵਾਗਤ ਕਰਨਾ ਚਾਹੀਦਾ ਸਾਡੇ ਭਾਈਚਾਰੇ ਦੇ ਲੋਕ ਆ ਉੱਥੇ ਜਾ ਕੇ ਉਹਨੇ ਮਿਹਨਤ ਕੀਤੀ ਆਪਣੀ ਪਛਾਣ ਬਣਾਈ ਆ ਉੱਥੇ ਦੀ ਰਾਜਨੀਤੀ ਚ ਉਹ ਅਹਿਮ ਰੋਲ ਅਦਾ ਕਰ ਰਿਹਾ ਹੈ ਇਹਦੇ ਤੇ ਸਾਨੂੰ ਪੰਜਾਬੀਆਂ ਨੂੰ ਮਾਣ ਹੋਣਾ ਚਾਹੀਦਾ ਸੋ ਇਹਦੇ ਚ ਕੋਈ ਜਿਹੜਾ ਇਸ ਤਰ੍ਹਾਂ ਦਾ ਪ੍ਰਭਾਵ ਸਾਨੂੰ ਕਬੂਲਣ ਦੀ ਲੋੜ ਨਹੀਂ ਹੈਗੀ ਕਿ ਨਾ ਹੀ ਇਸ ਤਰ੍ਹਾਂ ਦੇ ਕੋਈ ਠੋਸ ਸਬੂਤ ਹੈ ਕਿ ਜਿਹੜੇ ਪੰਜ ਮਨਿਸਟਰ ਉੱਥੇ ਕੈਬਨਿਟ ਸ਼ਾਮਲਿਆ ਉਹ ਖਾਲਸਤਾਨੀ ਐ ਇਦਾਂ ਦੇ ਕੋਈ ਠੋਸ ਸਬੂਤ ਨਹੀਂ ਹੈਗੇ ਜੀ ਆ ਮਾਨਕ ਸਾਹਿਬ ਕੈਪਟਨ ਦੀ ਸਰਕਾਰ ਦਾ 1 ਮਹੀਨਾ ਪੂਰਾ ਹੋ ਗਿਆ 16 ਅਪ੍ਰੈਲ ਨੂੰ ਪੰਜਾਬ ਦੇ ਵਿੱਚ ਇਸ ਇੱਕ ਮਹੀਨੇ ਦੇ ਵਿੱਚ ਸਵਾਏ ਗੱਲਾਂ ਬਾਤਾਂ ਦੇ ਕੁਝ ਬਹੁਤਾ ਸਾਨੂੰ ਦੇਖਣ ਨੂੰ ਮਿਲਿਆ ਨਹੀਂ ਜਦੋਂ ਵਿਰੋਧੀ ਪਾਰਟੀਆਂ ਕਹਿੰਦੀਆਂ ਨੇ ਕਿ ਹਾਲੇ ਵਾਅਦੇ ਨਹੀਂ ਪੂਰੇ ਕੀਤੇ ਅਸੀਂ ਇਹ ਵੀ ਮੰਨਦੇ ਹਾਂ ਕਿ ਪਹਿਲੇ ਮਹੀਨੇ ਦੇ ਵਿੱਚ ਵਾਅਦੇ ਪੂਰੇ ਕਰਨੇ ਵੀ ਔਖੀ ਗੱਲ ਹੈ ਉਹਦੇ ਲਈ ਸਾਨੂੰ ਸਮਾਂ ਦੇਣਾ ਚਾਹੀਦਾ ਪਰ ਵਿਵਾਦ ਆ ਜਿਹੜੇ ਉਹ ਕੈਪਟਨ ਸਰ ਇੱਕ ਪਾਸੇ ਤਾਂ ਉਹਨਾਂ ਨੇ ਲਾਲ ਬੱਤੀ ਨਾ ਲਾਉਣ ਬਾਬਤ ਨੋਟੀਫਿਕੇਸ਼ਨ ਵੀ ਜਾਰੀ ਕਰਤਾ ਹੈ ਜਸਟਿਸ ਜਿਹੜੇ ਰਣਜੀਤ ਸਿੰਘ ਆ ਉਹਨਾਂ ਦੀ ਅਦਵਾਈ ਦੇ ਵਿੱਚ ਬੇਅਦਬੀ ਕਾਂਡ ਦੀ ਜਿਹੜੀ ਉਹ ਜਾਂਚ ਵਾਸਤੇ ਕਮਿਸ਼ਨ ਨਵੇਂ ਸਿਰੇ ਤੋਂ ਗਠਿਤ ਕਰ ਦਿੱਤਾ ਹੈ ਕਿਸਾਨਾਂ ਦੇ ਕਰਜ਼ਿਆਂ ਦੀ ਪੜਤਾਲ ਕਰਨ ਦੇ ਲਈ ਉਹਨਾਂ ਨੇ 60 ਦਿਨ ਦੇ ਵਿੱਚ ਜਾਂਚ ਮੁਕੰਮਲ ਕਰਨ ਦੇ ਲਈ ਇੱਕ ਨਵਾਂ ਜਿਹੜਾ ਉਹ ਕਮੇਟੀ ਹੈ ਉਹ ਗਠਿਤ ਕੀਤੀ ਹੈ ਪਰ ਵਿਵਾਦ ਆ ਜਿਹੜੇ ਮਾਨਕ ਸਿੰਘ ਆ ਉਹ ਲਗਾਤਾਰ ਵੱਢੀ ਜਾਂਦੇ ਆ ਕੈਪਟਨ ਸਾਹਿਬ ਨੇ ਹੈਲੀਕਾਪਟਰ ਦੀ ਵਰਤੋਂ ਵੀ ਕਰ ਲਈ ਹੈ ਮਨਪ੍ਰੀਤ ਸਿੰਘ ਬਾਦਲ ਨੇ ਲਾਲ ਸਿੰਘ ਨੇ ਵੀ ਹੈਲੀਕਾਪਟਰ ਦੀ ਵਰਤੋਂ ਕਰ ਲਈ ਉਹਨਾਂ ਨੇ ਕਿਹਾ ਸੀ ਕਰਾਂਗੇ ਨਹੀਂ ਇਸ ਦੇ ਇਲਾਵਾ ਸਾਰੂ ਸਿੰਘ ਧਰਮਸੂਤ ਹੋਰਾਂ ਨੇ ਇੱਕ ਪ੍ਰਿੰਸੀਪਲ ਨੂੰ ਸਸਪੈਂਡ ਕਰਨ ਦੀਆਂ ਧਮਕੀਆਂ ਦਿੱਤੀਆਂ ਰਮਨਜੀਤ ਸਿੰਘ ਸਿੱਕੀ ਆ ਜਿਹੜੇ ਉਹ ਇਹ ਗੱਲ ਕਹਿ ਰਹੇ ਆ ਡੀਐਸਪੀ ਨੂੰ ਕਿ ਜੇਕਰ ਕਾਂਗਰਸੀਆਂ ਦੀ ਨਾ ਸੁਣੀ ਗਈ ਤਾਂ ਅਸੀਂ ਲੰਮੇ ਵੀ ਪਾ ਲੈਨੇ ਹੁੰਨੇ ਆ ਕੀ ਕਹਿਣਾ ਚਾਹੋਗੇ ਟੈਣਾ ਜੀ ਜੇ ਸਮੁੱਚੇ ਤੌਰ ਤੇ ਦੇਖੀਏ ਹੁਣ ਤੱਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਕਾਰਗੁਜ਼ਾਰੀ ਕੋਈ ਜ਼ਿਆਦਾ ਮਾੜੀ ਨਹੀਂ ਰਹੀ ਪਰ ਸੰਕੇਤ ਜਿਹੜੇ ਆ ਕੁਝ ਮਾੜੇ ਵੀ ਸਾਹਮਣੇ ਆ ਰਹੇ ਆ ਜਿਸ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਗੱਲ ਇਹ ਆ ਕਿ ਜਿਹੜੇ ਕਾਂਗਰਸ ਦੇ ਲੀਡਰ ਹੈ ਉਹ ਕਿਸੇ ਵੱਖਰੇ ਸੱਭਿਆਚਾਰ ਨੂੰ ਅਪਣਾਏ ਹੋਏ ਲੀਡਰ ਨਹੀਂ ਹੈਗੇ ਇਹ ਸਹੀ ਸਮਾਜ ਦਾ ਹਿੱਸਾ ਆ ਜਿੱਦਾਂ ਪ੍ਰਾਣੀਆਂ ਦੂਜੀਆਂ ਰਵੈਤੀ ਪਾਰਟੀਆਂ ਜੋ ਕੁਝ ਕਰਦੀਆਂ ਰਹੀਆਂ ਇਹਨਾਂ ਦੇ ਲੀਡਰਾਂ ਦਾ ਦੀ ਵੀ ਉਹੀ ਇੱਛਾ ਆ ਉਹੀ ਕੁਝ ਕਰਨ ਦੀ ਆਪਣੀ ਸਤਾ ਦੀ ਦੁਰਵਰਤੋਂ ਕਰਨਾ ਚਾਹੁੰਦੇ ਆ ਤੇ ਇਹਦੇ ਚ ਜੜਾ ਵੱਤੋ ਵੱਦ ਪੈਸੇ ਵੀ ਇਕੱਠੇ ਕਰਨਾ ਚਾਹੁੰਦੇ ਆ ਇਹਨਾਂ ਦਾ ਸੱਭਿਆਚਾਰਤਾ ਉਹੀ ਆ ਪਰ ਕਿਉਂਕਿ ਉੱਪਰੋਂ ਇਹਨਾਂ ਨੇ ਚੋਣ ਮੈਨੀਫੈਸਟੋ ਚ ਵਾਅਦੇ ਕੀਤੇ ਹੋਏ ਆ ਅਸੀਂ ਅਫਸਰਸ਼ਾਹੀ ਖਤਮ ਕਰਦਾਂਗੇ ਅਸੀਂ ਬੱਤੀ ਵਾਲੀਆਂ ਗੱਡੀਆਂ ਨਹੀਂ ਲਵਾਵਾਂਗੇ ਅਸੀਂ ਭ੍ਰਿਸ਼ਟਾਚਾਰ ਤੇ ਕਾਬੂ ਪਾਵਾਂਗੇ ਬੇਮੁਹਾਰ ਹੋਈਆਂ ਜਿਹੜੀਆਂ ਬਜਾਰੂ ਤਾਕਤਾਂ ਮਾਫੀਆ ਆ ਜਾਵੇ ਟ੍ਰਾਂਸਪੋਰਟ ਮਾਫੀਆ ਚਾਹੇ ਉਹ ਰੇਤਾ ਬਜਰੀ ਵਾਲਾ ਮਾਫੀਆ ਉਹਨੂੰ ਕੰਟਰੋਲ ਕਰਾਂਗੇ ਇਸ ਤਰ੍ਹਾਂ ਦੇ ਵਾਅਦੇ ਕੀਤੇ ਹੋਏ ਇਸ ਤਰ੍ਹਾਂ ਦੇ ਵਾਅਦੇ ਕਰਕੇ ਉਹ ਸਤਾ ਚਾਏ ਇਸ ਕਰਕੇ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਇਹਨਾਂ ਚੀਜ਼ਾਂ ਨੂੰ ਰੋਕਣ ਦੀ ਬਾਕੀ ਇਹਨਾਂ ਨੂੰ ਕਾਂਗਰਸ ਦੇ ਲੀਡਰਾਂ ਨੂੰ ਸਮਝ ਲੈਣਾ ਚਾਹੀਦਾ ਚਾਹੇ ਸਾਧੂ ਸਿੰਘ ਧਰਮਸੋਤ ਹੋਣ ਚਾਹੇ ਉਹ ਸਿੱਕੀ ਹੋਵੇ ਤੇ ਚਾਹੇ ਉਹ ਜਿਹੜਾ ਦੂਜੇ ਦੇ ਜਿਹੜਾ ਇੱਧਰ ਗਿੱਦੜ ਬਾਹਾ ਦੇ ਵਿੱਚ अजीत ਦੇ ਇੱਕ ਪੱਤਰਕਾਰ ਨੂੰ ਜਿਹੜਾ ਰਾਜਾ ਬਣ ਗਿਆ ਉਹਦੇ ਆ ਵਿਅਕਤੀਆਂ ਨੇ ਕੁੱਟਿਆ ਮਾਰਿਆ ਬੜੀ ਉਹਦੀ ਬੇਇੱਜ਼ਤੀ ਕੀਤੀ ਇਹ ਸਾਰੇ ਜਿਹੜੇ ਕਾਂਗਰਸੀ ਲੀਡਰ ਹੈ ਇਹਨਾਂ ਘਟਨਾਵਾਂ ਦੇ ਸੰਦਰਭ ਵਿੱਚ ਉਹਨਾਂ ਨੂੰ ਸਬਕ ਸਿੱਖ ਲੈਣਾ ਚਾਹੀਦਾ ਕਿ ਜੇ ਉਹਨਾਂ ਨੇ ਆਪਣੀ ਕਾਰਗੁਜ਼ਾਰੀ ਨਾ ਸੁਧਾਰੀ ਤੇ ਜੇ ਅਕਾਲੀ ਭਾਜਪਾ ਸਰਕਾਰ ਨੂੰ ਤੇ ਉਹਨਾਂ ਦੇ ਆਗੂਆਂ ਨੂੰ ਲੋਕ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਸਜ਼ਾ ਦੇ ਸਕਦੇ ਆ ਆਪਣੇ ਘਰਾਂ ਨੂੰ ਤੋੜ ਸਕਦੇ ਆ ਤਾਂ 2019 ਦੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਉਹਦੇ ਵਿੱਚ ਉਹ ਕਾਂਗਰਸ ਨੂੰ ਵੀ ਘਰਾਂ ਨੂੰ ਤੋੜ ਸਕਦੇ ਸੋ ਇਹ ਇਹ ਚੀਜ਼ ਇਹਨਾਂ ਨੂੰ ਦੇਖਣੀ ਚਾਹੀਦੀ ਆ ਜੇ ਇਹਨਾਂ ਨੂੰ ਲੋਕਾਂ ਨੇ ਫਤਵਾ ਦਿੱਤਾ ਇਹ ਵੱਡੀ ਜਿੱਤ ਦਿੱਤੀ ਆ ਤੇ ਇਹਨਾਂ ਚ ਨਿਮਰਤਾ ਆਣੀ ਚਾਹੀਦੀ ਆ ਨਿਮਰਤਾ ਨਾਲ ਸਮਾਜ ਦੇ ਲੋਕਾਂ ਨਾਲ ਇਹਨਾਂ ਨੂੰ ਵਰਤਣਾ ਚਾਹੀਦਾ ਤੇ ਜਿਹੜੇ ਵਾਅਦੇ ਕੀਤੇ ਆ ਉਹਨਾਂ ਨੂੰ ਪੂਰੇ ਕਰਨਾ ਚਾਹੀਦਾ ਹੈ ਜੀ ਜੀ ਮਾਨਕ ਸਿੰਘ ਪੰਜਾਬ ਦੇ ਜਿਹੜੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹੈ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਵੀ ਉਹੀ ਨੇ ਸਹਿਰ ਸਪਾਟਾ ਵਿਭਾਗ ਦੇ ਮੰਤਰੀ ਵੀ ਉਹੀ ਨੇ ਨਵਜੋਤ ਸਿੰਘ ਸਿੱਧੂ ਹੋਰੀ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਬੁੱਧੀਜੀਵੀਆਂ ਦੇ ਨਾਲ ਕਲਾਕਾਰਾਂ ਨਾਲ ਮੀਟਿੰਗ ਕੀਤੀ ਹੈ ਤੁਸੀਂ ਵੀ ਉੱਥੇ ਜਾ ਕੇ ਆਏ ਹੋ ਮੀਟਿੰਗ ਦੇ ਵਿੱਚ ਹਿੱਸਾ ਲਿਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਨਵੀਂ ਸੱਭਿਆਚਾਰਕ ਨੀਤੀ ਬਣਾਵਾਂਗੇ ਪੰਜਾਬ ਦੇ ਵਿੱਚ ਫਿਲਮ ਸਿਟੀ ਬਣਾਵਾਂਗੇ ਕਈ ਹੋਰ ਉਹਨਾਂ ਨੇ ਗੱਲਾਂ ਕਈਆਂ ਸਹਿਰ ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਲਈ ਨਵੀਂ ਸੱਭਿਆਚਾਰਕ ਨੀਤੀ ਦੇ ਬਾਬਤ ਅਸੀਂ ਡੇਢ ਕ ਦਹਾਕੇ ਤੋਂ ਲਗਾਤਾਰ ਸੁਣ ਰਹੇ ਹਾਂ ਪਰ ਹਾਲੇ ਤੱਕ ਬਣਿਆ ਕੁਝ ਨਹੀਂ ਜਿਹੜੀ ਇਹ ਮੀਟਿੰਗ ਹੋਈ ਆ ਪਹਿਲੀ ਉਹਦੇ ਬਾਬਤ ਕੀ ਕਹੋਗੇ ਕਿਹੋ ਜਿਹਾ ਪ੍ਰਭਾਵ ਰਾਇ ਨਹੀਂ ਤਰਨਵ ਜੀ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਆ ਇੱਕ ਪੱਤਰਕਾਰ ਦੇ ਤੌਰ ਤੇ ਮੈਂ ਵੀ ਬੜੀ ਚੰਗੀ ਤਰ੍ਹਾਂ ਇਸ ਗੱਲ ਨੂੰ ਜਾਣਦਾ ਜੀ ਕਿ ਡੇਢ ਦੋ ਦਹਾਕਿਆਂ ਤੋਂ ਪੰਜਾਬ ਦੇ ਵਿੱਚ ਸੰਗੀਤ ਤੇ ਕਲਾ ਖੇਤਰ ਦੀਆਂ ਜਿਹੜੀਆਂ ਤਾਕਤਾਂ ਆ ਉਹਨਾਂ ਨੇ ਆਪਣੇ ਵਪਾਰਕ ਹਿੱਤਾਂ ਨੂੰ ਅੱਗੇ ਵਧਾਉਣ ਲਈ ਪੰਜਾਬ ਦੇ ਜਿਹੜੇ ਸੱਭਿਆਚਾਰਕ ਸਮਾਜਿਕ ਸਰੋਵਰ ਆ ਰਹਿਆ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਸਮਾਜ ਪ੍ਰਤੀ ਜ਼ਿੰਮੇਵਾਰੀ ਨਭਾਈ ਨਹੀਂ ਇਹਦਾ ਹੀ ਸਿੱਟਾ ਆ ਕਿ ਅਨਾੜੀ ਗੀਤ ਲਿਖਣ ਵਾਲਿਆਂ ਨੇ ਲੱਚਰ ਗੀਤ ਲਿਖੇ ਅਨਾੜੀ ਗਾਉਣ ਵਾਲਿਆਂ ਨੇ ਲੱਚਰ ਗਾਣੇ ਗਾਏ ਤੇ ਜਿਹੜੇ ਮੁਨਾਫਾ ਕਮਾਉਣ ਦੀ ਹਵਸ ਰੱਖਣ ਵਾਲੇ ਜਿਹੜੇ ਚੈਨਲ ਸੀਗੇ ਉਹਨਾਂ ਨੇ ਉਹ ਗੀਤ ਤੇ ਵੀਡੀਓ ਚਲਾਈਆਂ ਉਹਦੇ ਨਾਲ ਡੇਢ ਦੋ ਦਹਾਕੇ ਚ ਸਾਡਾ ਨੌਜਵਾਨ ਹੈ ਜਿਹੜਾ ਕੋਰੇ ਮਨ ਦੇ ਉੱਤੇ ਜੋ ਲਿਖਿਆ ਜਾਏ ਉਹ ਗੜਾਂ ਦਾ ਸਾਡੇ ਨੌਜਵਾਨ ਨੂੰ ਵੀ ਇਹਨਾਂ ਚੀਜ਼ਾਂ ਨੇ ਆਪਣੇ ਰਸਤੇ ਤੋਂ ਪਟਕਾਇਆ ਤੇ ਜਿਸ ਤਰ੍ਹਾਂ ਦੇ ਹਥਿਆਰਾਂ ਦਾ ਮਹਿਮਾ ਮੰਡਨ ਕਰਨ ਵਾਲੇ ਗਾਣੇ ਗਾਏ ਜਾਂਦੇ ਆ ਲੱਚਰ ਗਾਣੇ ਗਾਏ ਜਾਂਦੇ ਆ ਨਸ਼ਿਆਂ ਦਾ ਮਹਿਮਾ ਮੰਡਨ ਕਰਨ ਵਾਲੇ ਗਾਣੇ ਗਾਏ ਜਾਂਦੇ ਆ ਉਹਦੇ ਨਾਲ ਬੱਚਿਆਂ ਤੇ ਸਾਡੇ ਨੌਜਵਾਨ ਪੀੜੀ ਤੇ ਬਹੁਤ ਬੁਰਾ ਸਰਪਿਆ ਇਸੇ ਕਰਕੇ ਲਗਾਤਾਰ ਆਵਾਜ਼ ਉੱਠਦੀ ਰਹੀ ਹੈ ਕਿ ਇਹ ਜਿਹੜੇ ਇਸ ਤਰ੍ਹਾਂ ਦੇ ਗਾਣੇ ਜਿਹੜੇ ਲਿਖੇ ਜਾਂਦੇ ਆ ਗਾਏ ਜਾਂਦੇ ਆ ਜਾਂ ਫਲਮਾਏ ਜਾਂਦੇ ਆ ਇਹ ਰੁਕਣੇ ਚਾਹੀਦੇ ਆ ਸਮੇਂ-ਸਮੇਂ ਤੇ ਬਹੁਤ ਸਰੀਆਂ ਇਸਤਰੀ ਜਥੇਬੰਦੀਆਂ ਉਹ ਅੱਗੇ ਆਈਆਂ ਬਾਕੀ ਸਮਾਜਿਕ ਗਰੁੱਪ ਅੱਗੇ ਆਏ ਇਹਦੇ ਤੇ ਮੰਗ ਕਰਦੇ ਰਹੇ ਕਿ ਪੰਜਾਬ ਦੀ ਇੱਕ ਸੱਭਿਆਚਾਰਕ ਨੀਤੀ ਬਣੇ ਅਸੀਂ ਜਿਹੜਾ ਕਲਾ ਦੇ ਖੇਤਰ ਦੇ ਅੰਦਰ ਕੀ ਕਰਨਾ ਕੀ ਨਹੀਂ ਕਰਨਾ ਜਾਂ ਪੰਜਾਬ ਚ ਸਹਿਰ ਸਪੱਟਾ ਵਿਧਾਨ ਲਈ ਕੀ ਕਰਨਾ ਜਾਂ ਆਪਣੇ ਇਤਿਹਾਸਿਕ ਤੇ ਧਾਰਮਿਕ ਜਿਹੜੇ ਪ੍ਰਾਰਥਨ ਸਥਾਨ ਆ ਉਨਾ ਨੂੰ ਕਿਵੇਂ ਸੰਭਾਲਣਾ ਇਹ ਸਾਰੇ ਸਰੋਕਾਰਾਂ ਨੂੰ ਲੈ ਕੇ ਇੱਕ ਸੱਭਿਆਚਾਰਕ ਨੀਤੀ ਬਣੇ ਸੋ ਉਹਦੀ ਮੰਗ ਉੱਠਦੀ ਰਹੀ ਹੈ ਤੇ ਹਰ ਸਰਕਾਰ ਨੇ ਯਤਨ ਵੀ ਕੀਤਾ ਪਰ ਜਦੋਂ ਬਾਜ਼ਾਰੂ ਤਾਕਤਾਂ ਉਹਨਾਂ ਦੇ ਰਾਹ ਵਿੱਚ ਆ ਕੇ ਖੜ ਜਾਂਦੀਆਂ ਰਹੀਆਂ ਜਾਂ ਉਹਨਾਂ ਨੂੰ ਲਾਲਚ ਦੇ ਦਿੰਦੀਆਂ ਰਹੀਆਂ ਤੇ ਜਿਹੜੇ ਸੱਤਾਧਾਰੀ ਆ ਚੁੱਪ ਕਰਕੇ ਬੈਠ ਜਾਂਦੇ ਰਹੇ ਤੇ ਹੁਣ ਦੇਖਦੇ ਆ ਇਹਦੇ ਚ ਨਵਜੋਤ ਸਿੰਘ ਸਿੱਧੂ ਜਿਹੜੇ ਪੰਜਾਬ ਦੇ ਸੱਭਿਆਚਾਰ ਤੇ ਸਹਿਰ ਸਪਟਾ ਬਾਰੇ ਮੰਤਰੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਉਹ ਬਹੁਤ ਕੁਝ ਕਰਨਾ ਚਾਹੁੰਦੇ ਆ ਨਜ਼ਰ ਆਉਂਦਾ ਉਹਨਾਂ ਦੀ ਗੱਲਬਾਤੋਂ ਕੋਈ ਉਹ ਸੱਭਿਆਚਾਰਕ ਨੀਤੀ ਪੰਜਾਬ ਦੀ ਬਣਾਉਣਾ ਚਾਹੁੰਦੇ ਆ ਤੋਂ ਉਹਦੇ ਲਈ ਉਹਨਾਂ ਵੱਲੋਂ ਯਤਨ ਸ਼ੁਰੂ ਕੀਤੇ ਆ ਪਹਿਲੀ ਮੀਟਿੰਗ ਹੋਈ ਆ ਇਹਦੇ ਚ ਵੱਖ-ਵੱਖ ਜਿਹੜੇ ਇਹਨਾਂ ਸਰਕਾਰਾਂ ਨਾਲ ਜੁੜੇ ਲੋਕ ਆ ਉਹਨਾਂ ਤੋਂ ਉਹਨਾਂ ਨੇ ਵਿਚਾਰ ਲਿਖਤੀ ਰੂਪ ਚ ਵੀ ਮੰਗੇ ਆ ਉਹ ਸਾਰੇ ਵਿਚਾਰ ਇਕੱਠੇ ਕਰਕੇ ਇੱਕ ਦਸਤਾਵੇਜ਼ ਬਣਾਇਆ ਜਾਏਗਾ ਫਿਰ ਇੱਕ ਵੱਡੀ ਮੀਟਿੰਗ ਸਦਕੇ ਉੱਤੇ ਵਿਚਾਰ ਚर्चा ਹੋਏਗੀ ਫਿਰ ਉਹ ਕੈਪਟਨ ਅਮਿੰਦਰ ਸਿੰਘ ਕੋਲ ਉਹ ਜਿਹੜੀ ਰਿਪੋਰਟ ਪੇਸ਼ ਕੀਤੀ ਜਾਊਗੀ ਤੇ ਉਹ ਤੋਂ ਬਾਅਦ ਉਹਨਾਂ ਦੀ ਸਹਿਮਤੀ ਲੈ ਕੇ ਕੈਬਨਿਟ ਚ ਜਿਹੜੀ ਆ ਉਹ ਪੰਜਾਬ ਦੀ ਸੱਭਿਆਚਾਰਕ ਨੀਤੀ ਜਿਹੜੀ ਆ ਇੱਕ ਐਕਟ ਦੇ ਰੂਪ ਚ ਪੇਚ ਕੀਤੀ ਜਾਏਗੀ ਉਹ ਤੋਂ ਬਾਅਦ ਉਹਨੂੰ ਅਮਲੀ ਰੂਪ ਦਿੱਤਾ ਜਾ ਸਕੇਗਾ ਇੱਕ ਲੰਮਾ ਅਮਲ ਹੈ ਤੇ ਇਹਦੇ ਚ ਕਿੰਨੀ ਕੁ ਪ੍ਰਤੀਬੱਧਤਾ ਨਾਲ ਨਵਜੋਤ ਸਿੰਘ ਸਿੱਧੂ ਕੰਮ ਕਰਦੇ ਆ ਕਿੰਨੀ ਕੁ ਪ੍ਰਤੀਬੱਧਤਾ ਨਾਲ ਕੈਪਟਨ ਅਮਿੰਦਰ ਸਿੰਘ ਉਹਨਾਂ ਦਾ ਸਾਥ ਦਿੰਦੇ ਆ ਤੇ ਇਹ ਬਜਾਰੂ ਤਾਕਤਾਂ ਜਿਹੜੀਆਂ ਖਾਸ ਕਰਕੇ ਜਿਹੜੇ ਨਿੱਜੀ ਟੀਵੀ ਚੈਨਲ ਹੈ ਜਿਹੜੀਆਂ ਨਿੱਜੀ ਜਿਹੜੀਆਂ ਸੰਗੀਤ ਕੰਪਨੀਆਂ ਉਹ ਕਿੰਨਾ ਕੁ ਲਾਲਚ ਦੇ ਕੇ ਜਾਂ ਆਪਣਾ ਅਸਰ ਸੂਕ ਵਰਤ ਕੇ ਇਸ ਅਮਲ ਨੂੰ ਰੋਕਦੀਆਂ ਇਹ ਵੀ ਦੇਖਣ ਵਾਲੀ ਗੱਲ ਹੈ ਆਉਣ ਵਾਲੇ ਸਮੇਂ 'ਚ ਹੀ ਇਹ ਚੀਜ਼ਾਂ ਸਪਸ਼ਟ ਹੋਣਗੀਆਂ ਬਾਕੀ ਜਿਹੜੇ ਸਾਡੇ ਪੱਤਰਕਾਰ ਹੈ ਲੇਖਕ ਹੈ ਜਾਂ ਆਪਣੇ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਲੋਕ ਆ ਉਹਨਾਂ 'ਚ ਚੇਤਨਾ ਵਧਣੀ ਚਾਹੀਦੀ ਆ ਤੇ ਸਾਨੂੰ ਜ਼ੋਰ ਸ਼ੋਰ ਨਾਲ ਪੰਜਾਬ ਦੀ ਇੱਕ ਬਿੱਤਰ ਸੱਭਿਆਚਾਰਕ ਨੀਤੀ ਬਣਾਉਣ ਲਈ ਮੰਗ ਕਰਨੀ ਚਾਹੀਦੀ ਆ ਜੀ ਮਾਨਕ ਸਾਹਿਬ ਬੇਸ਼ੱਕ ਕਾਨੂੰਨ ਆ ਜਿਹੜਾ ਉਹ ਕਹਿੰਦਾ ਵੀ ਅਸੀਂ ਸਖਤ ਬਹੁਤ ਹੋ ਗਏ ਆ ਸਰਕਾਰਾਂ ਕਹਿੰਦੀਆਂ ਅਸੀਂ ਸਖਤ ਬਹੁਤ ਆ ਪ੍ਰਦੂਸ਼ਣ ਕੰਟਰੋਲ ਵਿਭਾਗ ਕਹਿੰਦਾ ਅਸੀਂ ਬਹੁਤ ਸਖਤਾਂ ਪਰ ਫਿਰ ਵੀ ਤੁਸੀਂ ਪੰਜਾਬ ਦੇ ਕਿਸੇ ਵੀ ਹਿੱਸੇ ਦੇ ਵੱਲ ਅੱਜ ਦੀ ਤਰੀਕ ਵਿੱਚ ਗੇੜਾ ਕੱਢ ਲਓ ਤੁਹਾਨੂੰ ਸੈਂਕੜੇ ਏਕੜ ਖੇਤਾਂ ਦੇ ਵਿੱਚ ਅੱਗ ਦੇ ਲਾਂਬੂਆ ਜਿਹੜੇ ਉਹ ਦਿਖਾਈ ਦੇਣਗੇ ਧਰਤੀ ਦੀ ਹੱਕ ਹੈ ਜਿਹੜੀ ਉਹ ਕਿਸਾਨਾਂ ਵੱਲੋਂ ਸਾੜੀ ਜਾਂਦੀ ਹੈ ਜਦੋਂ ਅਸੀਂ ਕਿਸਾਨਾਂ ਨੂੰ ਇਹ ਗੱਲ ਪੁੱਛਦੇ ਹਾਂ ਕਿ ਤੁਸੀਂ ਇਹ ਸਾਰਾ ਕੁਝ ਕਿਉਂ ਕਰਦੇ ਆ ਉਹ ਕਹਿੰਦੇ ਜੀ ਨਾੜ ਨੂੰ ਤੇ ਪਰਾਲੀ ਨੂੰ ਅਸੀਂ ਸੰਭਾਲੀਏ ਇਹਦਾ ਪ੍ਰਬੰਧ ਕੋਈ ਨਹੀਂ ਨਾ ਪੰਜਾਬ ਦੇ ਵਿੱਚ ਕੋਈ ਫੈਕਟਰੀ ਆ ਗੱਤੇ ਵਾਲੀ ਨਾ ਇੱਥੇ ਕੋਈ ਸਾਡੀ ਜਿਹੜੀ ਪ੍ਰਾਲੀ ਤੇ ਨਾੜ ਖਰੀਦਦਾ ਅਸੀਂ ਤਾਂ ਮੁਫਤ ਦੇ ਵਿੱਚ ਵੀ ਦੇਣ ਨੂੰ ਤਿਆਰ ਆ ਇਸ ਮਸਲੇ ਦਾ ਫਿਰ ਹੱਲ ਤੁਸੀਂ ਕੀ ਮੰਨਦੇ ਹੋ ਤਨਨ ਜੀ ਇੱਕ ਪੱਤਰਕਾਰ ਦੇ ਤੌਰ ਤੇ ਤੇ ਇੱਕ ਕਿਸਾਨੀ ਪਰਿਵਾਰ ਨਾਲ ਸੰਬੰਧਿਤ ਹੋਣ ਦੇ ਤੌਰ ਤੇ ਮੈਂ ਮਹਿਸੂਸ ਕਰਦਾ ਕਿ ਇਹ ਜਿਹੜਾ ਨਾੜ ਤੇ ਪ੍ਰਾਲੀ ਨੂੰ ਸੜਨਾ ਇਹ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਹੈਗਾ ਕਿਸਾਨ ਪੰਜਾਬ ਦੇ ਅੰਦਰ ਜਿਹਦਾ ਜ਼ਿਆਦਾ 65 ਤੋਂ 70% ਕਿਸਾਨ ਆ ਦੋ ਦੋ ਤਿੰਨ ਏਕੜ ਦੇ ਮਾਲਕ ਆ ਜੇ ਉਹ ਚਾਹਣ ਤਾਂ ਹੱਥੀ ਆਪ ਜਿਹੜਾ ਇਹ ਪਰਾਲੀ ਨੂੰ ਸੰਭਾਲ ਸਕਦੇ ਆ ਤੇ ਬਾਕੀ ਜਿਹੜੀ ਹੈ ਰੋਟਾਵੇਟਰ ਇਸ ਤਰ੍ਹਾਂ ਦੀਆਂ ਬਹੁਤ ਸਾਰੀ ਮਸ਼ੀਨਰੀ ਆ ਗਈ ਹੈ ਜਿਹਦੇ ਨਾਲ ਉਹ ਇਹਦੀ ਤੂੜੀ ਬਣਾ ਕੇ ਤੂੜੀ ਵੇਚ ਸਕਦੇ ਆ ਹੋਰ ਢੰਗ ਤਰੀਕੇ ਲੱਭੇ ਜਾਣੇ ਚਾਹੀਦੇ ਆ ਇਹਨਾਂ ਪਰਾਲੀ ਨੂੰ ਤੇ ਨਾੜ ਨੂੰ ਅਸੀਂ ਕਿਦਾਂ ਅੱਖ ਪਾਉਣਾ ਇਹ ਜੋ ਢੰਗ ਤਰੀਕਾ ਇਹ ਵਰਤਿਆ ਜਾ ਰਿਹਾ ਜਿਹੜਾ ਪ੍ਰਚਲਿਤ ਹੋ ਗਿਆ ਪਿਛਲੇ ਸਮੇਂ ਚ ਸਰਕਾਰਾਂ ਇਹ ਤੋਂ ਅੱਖਾਂ ਬੰਦ ਕਰਕੇ ਬੈਠੀਆਂ ਰਹੀਆਂ ਇਹ ਇੱਕ ਸੌਖਾ ਰਸਤਾ ਲੱਭ ਗਿਆ ਕਿ ਤੀਲਾਂ ਦੀ ਡੱਬੀ ਲੈ ਜਾ ਲੈਗਾ ਤੇ ਜਾ ਕੇ ਅੱਗ ਲਾਤੀ ਤੇ ਇਹ ਵੀ ਉਡੀਕ ਨਹੀਂ ਕਰਨੀ ਕਿ ਗਵੰਢੀ ਨੇ ਹਜੇ ਕਣਕ ਨਹੀਂ ਵੱਢੀ ਤੇ ਤੁਸੀਂ ਆਪਣੇ ਖੇਤ ਨੂੰ ਅੱਗ ਲਾ ਕੇ ਕਰਨ ਨੂੰ ਆ ਜੰਨੇ ਤੇ ਮਗਰੋਂ ਵਾਲੀ ਗਵੰਢੀ ਦੀ ਜਿਹੜੀ ਹੈ ਉਹ ਕਣਕ ਸੜ ਜਾਂਦੀ ਹੈ ਲੋਕਾਂ ਦੇ ਕੁੱਪ ਸੜ ਜਾਂਦੇ ਆ ਤੇ ਕਈ ਵਾਰ ਭੜਕੀ ਹੋਈ ਅੱਗ ਹਵਾ ਜ਼ਿਆਦਾ ਚੱਲ ਜAVE ਤੇ ਆਬਾਦੀ ਵਾਲੇ ਖੇਤਰਾਾਂ ਚ ਵੀ ਪਿੰਡਾਂ ਚ ਜਾ ਕੇ ਅੱਗ ਦਾਖਲ ਹੋ ਜਾਂਦੀ ਹੈ ਇਹ ਇੱਕ ਅਣਮਨੁੱਖੀ ਵਤੀਰਾ ਗੈਰ ਜ਼ਿੰਮੇਵਾਰੀ ਵਾਲਾ ਵਤੀਰਾ ਕਿਸਾਨਾਂ ਨੂੰ ਇਹ ਅਮਲ ਛੱਡਣਾ ਚਾਹੀਦਾ ਕੱਲਾ ਸਰਕਾਰ ਤੇ ਨਿਰਭਰ ਨਹੀਂ ਕਰਨਾ ਚਾਹੀਦਾ ਖੁਦ ਵੀ ਢੰਗ ਤਰੀਕੇ ਲੱਭਣੇ ਚਾਹੀਦੇ ਆ ਕਿ ਅਸੀਂ ਨਾੜ ਨੂੰ ਕਿਦਾਂ ਖਪਾ ਸਕਦੇ ਆ ਇਹ ਜਿਹੜੀ ਜੇ ਕੋਈ ਕਿਸਾਨ ਇਹ ਕਹਿੰਦਾ ਸਾਡੇ ਕੋਲ ਰਸਤਾ ਨਹੀਂ ਕੋਈ ਢੰਗ ਤਰੀਕੇ ਨਹੀਂ ਹੈ ਬਿਲਕੁਲ ਨਾ ਮੰਨਣਯੋਗ ਗੱਲ ਹੈ ਅਸੀਂ ਜੇ ਪੰਜਾਬ ਨੂੰ ਪਿਆਰ ਕਰਦੇ ਆਂ ਪੰਜਾਬ ਦੀ ਧਰਤੀ ਨੂੰ ਪਿਆਰ ਕਰਦੇ ਆਂ ਪੰਜਾਬ ਦੇ ਵਾਤਾਵਰਣ ਨੂੰ ਪਿਆਰ ਕਰਦੇ ਆਂ ਕਿਸੇ ਵੀ ਕਿਸਾਨ ਲਈ ਇਹ ਨੈਤਿਕ ਤੌਰ ਤੇ ਸਹੀ ਨਹੀਂ ਕਿ ਉਹ ਆਪਣੇ ਖੇਤ 'ਚ ਅੱਗ ਲਾ ਕੇ ਨਾੜ ਨੂੰ ਸਾੜੇ ਤੇ ਪ੍ਰਦੂਸ਼ਣ ਪੈਦਾ ਕਰੇ ਜੀ ਜੀ ਮਾਨਕ ਸਾਹਿਬ ਖਬਰਾਂ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਕਾਟ ਹੈ ਉਹ ਰੁਕਣ ਦਾ ਇਸ਼ਾਰਾ ਕਰ ਉਤੇ ਬਹੁਤ ਕੀਮਤੀ ਟਿੱਪਣੀਆਂ ਕੀਤੀਆਂ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ